ਲੋਜੀ ਮੇਰੇ ਫਾਲੋਅਰਸ ਸਾਰੇ ਜਿਹੜੇ ਨੇ ਨਾ ਸਾਰਿਆਂ ਨੂੰ ਬਹੁਤ ਸਾਰਾ ਪਿਆਰ ਇਹ ਜਿਹੜਾ ਦਲਾਲ ਦੱਲਾ ਉਹ ਦਲਾਲ ਦੱਲਾ ਨਹੀਂ ਜਿਹੜਾ ਉਹ ਆਇਆ ਹੈ ਨਾ ਹੁਣ ਉਹ ਵੀ ਆ ਗਿਆ ਨਾ ਉਹ ਤੋਂ ਦੌੜ ਕੇ ਆ ਗਿਆ ਉਹ ਪਤਾ ਕਿਉਂ ਆ ਗਿਆ ਦਰਅਸਲ ਨਾ ਕਿਉਂਕਿ ਹਰ ਜਗ੍ਹਾ ਤੇ ਜਿੱਥੇ ਵੀ ਗਿਆ ਹੈ ਨਾ ਕਿਸੇ ਦੀਆਂ ਲੱਤਾਂ ਬਾਹਾਂ ਤੋੜ ਕੇ ਨਾ ਅੱਧੀ ਰਾਤੀ ਇਹਨੂੰ ਸੁੱਟਿਆ ਹਸਪਤਾਲ ਤੇ ਹਸਪਤਾਲ ਲੋੜੇ ਦੌੜ ਗਿਆ ਸੀ ਉਹ ਵਿਚਾਰੀ ਨਰਸ ਜਿਹੜੀ ਇਹਨੂੰ ਡਾਕਟਰ ਨੂੰ ਬੁਲਾਉਣ ਗਈ ਵੀ ਇਹਦੇ ਉਹਨਾਂ ਨੂੰ ਹੁਣ ਮਤਲਬ ਕਿਸ ਤਰ੍ਹਾਂ ਠੀਕ ਕਰਨਾ ਤੇ ਇਹ ਉੱਥੋਂ ਸ਼ਰਮਿੰਦਾ ਹੁੰਦਾ ਨਾ ਦੌੜ ਗਿਆ ਵੀ ਲੋਕਾਂ ਨੂੰ ਤੇ ਪਤਾ ਲੱਗ ਜਾਣਾ ਕਿ ਫੇਰ ਨੇ ਚੰਗੀ ਤਰ੍ਹਾਂ ਕੁੱਟੇ ਨੇ ਤੂੰ ਹੁਣ ਮੈਂ ਕੀ ਕਰਾਂ ਇਹ ਹੁਣ ਹੋ ਗਿਆ ਖੱਸੀ ਉਹ ਇਸ ਵਾਸਤੇ ਕਿ ਜਿਹੜੀ ਆ ਹੁਜ਼ਮਾ ਬੁਖਾਰੀ ਇਹਨੇ ਰੱਖੀ ਸੀ ਨਾ ਉਹਦੀ ਹੁਣ ਉਹਦੇ ਵਿੱਚ ਇਹਦਾ ਕਿੰਨਾ ਵੱਡਾ ਮੂੰਹ ਹੈ ਬੁਖਦੌਸ ਕੁਇਆ ਉਹਦਾ ਮੂੰਹ ਹੈ ਪਤਾ ਤੁਹਾਨੂੰ ਇਹਦੀ ਤਸਵੀਰ ਮੈਂ ਆਪਣੀ ਇਸ ਵੀਡੀਓ ਦੇ ਨਾਲ ਲਾਉਣੀ ਤੁਸੀਂ ਦੇਖਣਾ ਪਹਿਲੋਂ ਤੇ ਉਸਵਾ ਬੁਖਾਰੀ ਦਾ ਮਾਰਦਾ ਰਿਆ ਉਹ ਇੰਨਾ ਵੱਡਾ ਹੋ ਗਿਆ ਕਿ ਉਹਦੇ ਵਿੱਚ ਤੇ ਹੁਣ ਪੂਰਾ ਪਾਕਿਸਤਾਨ ਵੜ ਸਕਦਾ ਉਹ ਇੰਨਾ ਐਡਾ ਵੱਡਾ ਹੋ ਗਿਆ ਫਿਰ ਇਹ ਜਨਾਬ ਹੌਲੀ 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 ਯੂਜ਼ ਟੂ ਹੋਇਆ ਬਾਜੀ ਦੀ ਲੇਕਿਨ ਬਾਜੀ ਨੇ ਵੀ ਜਿਹੜੀ ਮਤਲਬ ਬੋਟੀ ਅੱਲਾ ਨੇ ਦਿੱਤੀ ਸੀ ਉਹ ਜ਼ਾਇਆ ਕਰਵਾਤੀ ਖਤਰੀ ਕੋਲ ਜੁਆ ਆ ਕੇ ਤੇ ਉਹ ਉੱਥੇ ਤੇ ਲੱਗ ਗਈ ਉਰ ਪਲਾਸਟਿਕ ਦੀ ਤੇ ਉਹਨੂੰ ਇਹ ਡਰਦਾ ਛੇੜਦਾ ਨਹੀਂ ਕਿ ਅਗਰ ਛੇੜਿਆ ਤੇ ਬਾਜੀ ਦੀ ਭੁੱਲੇ ਪੈ ਜਾਣੀ ਹੈ ਤੇ ਇਹ ਕਿੱਥੋਂ ਫਿਰ ਇੰਨੇ ਪੈਸੇ ਲਾਏਗਾ ਉਹ ਪਲਾਸਟਿਕ ਦੀ ਤੇ ਇਸ ਲਈ ਨਾ ਇਹਨੇ ਸ਼ੁਰੂ ਕਰ ਦਿੱਤੀ ਤੇ ਬਾਜੀ ਜਿਹੜੀ ਹੈ ਨਾ ਜ਼ਾਹਰ ਹੈ ਜਦੋਂ ਤਿੰਨ ਚਾਰ ਸਪਾਈ ਰੱਖੇ ਹੋਣ ਕੋਈ ਤੇ ਉਹ ਫਿਰ ਜਦੋਂ ਨਾ ਆਉਂਦੀ ਹੈ ਨਾ ਇੰਗਲੈਂਡ ਤੇ ਫਿਰ ਇੱਥੇ ਦੇ ਜਿਹੜੇ ਲੋਕ ਨੇ ਨਾ ਉਹਨਾਂ ਦੇ ਕੋਲੋਂ ਯੂਜ਼ ਟੂ ਨਹੀਂ ਜਲਦੀ ਹੁੰਦੀ ਨਾ ਇਸ ਵਾਸਤੇ ਫਿਰ ਦਲਾਲ ਨੂੰ ਵੀ ਬੁਲਾਇਆ ਦੱਲੇ ਨੂੰ ਨਾ ਕਿ ਇਹ ਵੀ ਉੱਥੇ ਰੋਜ਼ ਤੇ ਇਹਨੂੰ ਨਾ ਬੁਲਾਇਆ ਕਿ ਵੀ ਤੇਰੀ ਜੋ ਤੱਕ ਤੂੰ ਮੇਰੀ ਗੰਦ ਨਹੀਂ ਦਣੀ ਆਉਣੀ ਤੇ ਇਹ ਨਾ ਬਾਜੀ ਨੂੰ ਲੋਰੀ ਦੇਣ ਵਾਸਤੇ ਆਇਆ ਹੁਣ ਜਦੋਂ ਇਹ ਲੋਰੀ ਦੇਣ ਵਾਸਤੇ ਆਇਆ ਉਹਨੇ ਆਪਣੀ ਆਪਣੇ ਪਿਓ ਨੂੰ ਦੱਸਿਆ ਕਿ ਇਹ ਅੱਬਾ ਦਲਾਲ ਹੈ ਨਾ ਦੱਲਾ ਜਿੰਦੇ ਜਦੋਂ ਬੜਿਆ ਸੀ ਤੇ ਉਹਦੇ ਜਿਹੜੇ ਮੰਗੇਤਰ ਮੰਗੂਤਰ ਸਨ ਉਹਨਾਂ ਪਿਆਰ ਕਰਨ ਵਾਲੇ ਉਹ ਜਦੋਂ ਆਏ ਉਹਨਾਂ ਨੇ ਕੁੱਟ-ਕੁੱਟ ਕੇ ਦੀ ਬਾਹ ਵੀ ਤੋੜੀ ਤੇ ਲੱਤ ਵੀ ਤੋੜੀ ਤੇ ਨਾਲ ਇਹਦੇ ਟਾਹ ਉਹਨਾਂ ਨੇ ਇੰਨਾ ਇਹਦੇ ਕਿ ਇਹ ਜ਼ਿੰਦਾ ਰਹਿ ਗਿਆ ਲੇਕਿਨ ਉਹ ਸਾਰੇ ਫਿਸ ਗਏ ਕੋਨ ਉੱਥੋਂ ਤੇ ਕੁਝ ਲੱਭਦਾ ਨਹੀਂ ਕੁਝ ਨਿਕਲ ਨਹੀਂ ਸਕਦਾ ਲੇਕਿਨ ਇਹਦਾ ਮੂੰਹ ਅੱਲਾਹ ਪਾਕ ਨੇ ਇੰਨਾ ਵੱਡਾ ਕਰ ਦਿੱਤਾ ਕਿ ਬਾਜੀ ਦਾ ਪੂਰਾ ਪੰਡਾ ਤੇ ਉਹਨੂੰ ਫਿਰ ਆਉਂਦਾ ਚੈਨ ਤੇ ਹੁਣ ਅੱਬੇ ਦਾ ਵੀ ਰਹਿ ਗਈ ਕਿਉਂਕਿ ਉਹ ਜਿਹੜੀ ਹੈ ਨਾ ਇਲਾਜ ਕਰਾਉਣ ਆਇਆ 4 ਸਾਲ ਤੋਂ ਖਸਾ ਖਸਾ ਕੇ ਡਾਕਟਰਾਂ ਨਾਲ ਖਸਾ ਖਸਾ ਕੇ ਉਲੂ ਹੁਣ ਉਹਨੂੰ ਵੀ ਇਹਨੇ ਨਾ ਆਪਣੇ ਮੂੰਹ ਚ ਲੈਣਾ ਤੇ ਇਹਨੂੰ ਤੇ ਇੰਜ ਲੱਗਣਾ ਕਿ ਜਿਵੇਂ ਸਮੇਲਾ ਤੂੰ ਕਿ ਤੁਸੀਂ ਕਿ ਉਹ ਐਡੇ ਵੱਡੇ ਮੂੰਹ ਦੇ ਵਿੱਚ ਇੰਨੀ ਕਿ ਸਵੀਟ ਪਾ ਦਿਓ ਇੰਜ ਹੋਣੀ ਹੈ ਤੇ ਉੱਥੇ ਚਲੋ ਕੋਈ ਨਹੀਂ ਖੈਰ ਕਿੰਨੇ ਸਾਡੇ ਯੋਕ ਕੀਤੇ ਹੁੰਦੇ ਨਾ ਫਿਰ ਜਦੋਂ ਇੱਥੋਂ ਬਾਹਰੋਂ ਜ਼ਲੀਲ ਹੁੰਦੇ ਨਾ ਫਿਰ ਅੰਦਰ ਜਾ ਕੇ ਆਰਾਮ ਨਾਲ ਬੈਠ ਕੇ ਖਾਣਾ ਖੋਣਾਂ